ਸਰਕਾਰ 35 ਲੱਖ ਗਰੀਬਾਂ ਦੇ ਦਲਿਤਾਂ ਦੇ ਕਾਰਡ ਕੱਟੂਗੀ। ਉਹ ਭਰਾਵੋ ਅਸੀਂ ਤਾਂ ਕਾਰਡ ਵਧਾਉਣੇ ਨੇ, ਅਸੀਂ ਤਾਂ ਨਵੀਂ ਕਣਕ ਦੇਣੀ ਆ, ਜਿਹੜੀ ਕਣਕ ਮੇਰੇ ਘਰੇ ਆਉਂਦੀ ਹੈ ਉਹੀ ਗਰੀਬ ਦੇ ਘਰੇ ਜਾਊਗੀ, ਕੋਈ ਸੁਸਰੀ ਵਾਲੀ ਕਣਕ ਨਹੀਂ। ਕੋਈ ਕਾਰਡ ਨਹੀਂ ਕੱਟਿਆ ਜਾਊਗਾ ਕੋਈ, ਬਲਕਿ ਜਿਨ੍ਹਾਂ ਦੇ ਕਾਰਡ ਹੈ ਨਹੀਂ ਉਹਨਾਂ ਨੂੰ ਬਿਨਾਂ ਕਾਰਡ ਤੋਂ ਵੀ ਅਸੀਂ ਉਹਨਾਂ ਦੇ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਂਜੇ? ਇਹ ਕਿਵੇਂ ਹੋ ਸਕਦਾ? ਪੰਜਾਬ ਦੀ ਧਰਤੀ ਪੂਰੇ ਦੇਸ਼ ਨੂੰ ਰੋਟੀ ਖਵਾਉਂਦੀ ਹੈ, ਪੇਟ ਭਰਦੀ ਹੈ। ਇਹ ਸਾਰਿਆਂ ਨੂੰ ਦੱਸਿਓ ਇਹੋ ਜਿਹੀਆਂ ਅਫਵਾਹਾਂ ਦੇ ਪਿੱਛੇ ਨਹੀਂ ਲੱਗਣਾ। ਸਾਲ ਡੇਢ ਸਾਲ ਹੋ ਗਿਆ ਆਪਣੇ ਵਿਰੁੱਧ ਲਿਖਦੇ ਨੂੰ, ਆਪਾਂ ਨੇ ਕੋਈ ਪੰਜਾਬ ਦੇ ਵਿਰੁੱਧ ਕੋਈ ਕੰਮ ਕੀਤਾ? ਕੋਈ 1 ਰੁਪਈਏ ਦੀ ਮੇਰੇ ਤੇ ਜਾਂ ਅਰਵਿੰਦ ਕੇਜਰੀਵਾਲ ਦੇ ਕੋਈ ਇਲਜ਼ਾਮ ਲਾ ਦਿਓ? ਨਾ, ਅਸੀਂ ਕੰਮ ਕਰਦੇ ਹਾਂ ਸਕੂਲਾਂ ਦੇ, ਅਸੀਂ ਕੰਮ ਕਰਦੇ ਹਾਂ ਹਸਪਤਾਲਾਂ ਦੇ, ਬਿਜਲੀਆਂ ਦੇ, ਥਰਮਲ ਪਲਾਂਟ ਨਵੇਂ ਖਰੀਦ ਲਏ। ਸੋ ਵੀਰੋ ਏਕਾ ਰੱਖਿਓ, ਆ 1-2 ਦਿਨਾਂ ਦੇ ਵਿੱਚ ਇੱਕ ਇਹੋ ਜਿਹੀਆਂ ਭੜਕਾਊ ਖਬਰਾਂ ਛਾਪਣਗੇ, ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਪੈਸੇ ਵੰਡਣਗੇ। ਜੇ ਪੈਸੇ ਪੂਸੇ ਲੈ ਕੇ ਆਏ, ਮੇਰੀ ਹੱਥ ਬਣ ਕੇ ਬੇਨਤੀ ਹੈ, ਲਕਸ਼ਮੀ ਮੋੜੀ ਦੀ ਨਹੀਂ ਹੁੰਦੀ, ਮਨਾ ਨਾ ਕਰਿਓ। ਔਰ ਐਂ ਕਰ ਦਿਓ ਵੀ ਹਾਂ, ਤੇ 1 ਤਰੀਕ ਨੂੰ ਕਰ ਦਿਓ ਵੀ ਹਾਂ, ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦਿਓ, ਬਾਕੀਆਂ ਨੂੰ ਮਾਫ਼ ਹੈ। ਸਮਝ ਗਏ? ਬਹੁਤ ਸਮਝਦਾਰ ਲੱਕ ਹੈ, ਬਹੁਤ ਸਮਝਦਾਰ ਲੱਕ ਹੈ। ਉਹ ਤੁਹਾਡੇ ਹੀ ਨੇ, ਇਹਨਾਂ ਨੇ ਕਿਹੜਾ ਨਰਮਾ ਵੇਚਿਆ? ਸੋ ਦੋ ਨਾਰੇ, ਇਨਕਲਾਬ ਇਨਕਲਾਬ, ਬੋਲੇ ਸੋਨਿਆਲ, ਜਿੰਦਾਬਾਦ ਰਹੋ, ਆਬਾਦ ਰਹੋ, ਲਵ ਯੂ ਆਲ, ਵਸਦੇ ਰਹੋ।